ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁਦਾਜਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਪੰਜਾਬ 'ਚ ਕਿਸਾਨ ਜਥੇਬੰਦੀਆਂ ਨੇ ਮੋਰਚਾ ਸੰਭਾਲ ਲਿਆ ਅਤੇ ਭਾਜਪਾ ਹੀ ਉਮੀਦਵਾਰਾਂ ਦਾ ਘੇਰਾਬੰਦੀ, ਭਾਜਪਾ ਉਮੀਦਵਾਰਾਂ ਦੇ ਖਿਲਾਫ ਪ੍ਰਦਰਸ਼ਨ, ਰੋਸ ਮੁਜ਼ਾਹਰਾ, ਝੰਡਾ ਦਿਖਾਓ, ਕਾਲੇ ਝੰਡੇ ਦਿਖਾਓ, ਨਾਅਰੇਬਾਜ਼ੀ ਕਰੋ ਸ਼ੁਰੂ ਹੋ ਗਿਆ। ਭਾਜਪਾ ਹੀ ਉਮੀਦਵਾਰਾਂ ਦੇ ਲਈ ਇੱਕ ਵਾਰ ਫਿਰ ਮੁਸ਼ਕਲ ਦੀ ਘੜੀ ਹੈ, ਖਾਸ ਕਰ ਉਹਨਾਂ ਦੇ ਲਈ ਜਿਹੜੇ ਨਵੇਂ ਨਵੇਂ ਬਣੇ ਆ। ਪਹਿਲੇ ਲੀਡਰਾਂ ਤੋਂ ਥੋੜ੍ਹੀ ਬਹੁਤ ਆਦਤ ਪੈ ਗਈ ਹੋਣੀ ਕਿ ਕਿਸਾਨ ਸਾਨੂੰ ਘੇਰਦੇ ਆ ਭਾਈ, ਸਾਡੇ ਘਰਾਂ ਮੂਹਰੇ ਪ੍ਰਦਰਸ਼ਨ ਕਰ ਚੁੱਕੇ ਆ, ਫਿਰ ਕਰਨਗੇ। ਪਰ ਆਹ ਨਵੇਂ ਨਵੇਂ ਭਾਜਪਾ ਹੀ ਬਣੇ ਨੂੰ ਅਜੇ ਆਦਤ ਨਹੀਂ ਹੋਣੀ। ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਜਦੋਂ ਰੋਸ ਮੁਜ਼ਾਹਰਾ ਚੱਲਿਆ, ਪ੍ਰਦਰਸ਼ਨ ਚੱਲਿਆ, ਧਰਨਾ ਚੱਲਿਆ, ਦਿੱਲੀ ਦੇ ਵਿੱਚ ਲਾਮਿਸਾਲ ਧਰਨਾ ਹੋਇਆ, ਅਤੇ ਉਸ ਪਹਿਲੂ ਦੇ ਉੱਤੇ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਭਾਜਪਾਈਆਂ ਦਾ ਘਰੋਂ ਨਿਕਲਣਾ ਬੰਦ ਹੋ ਗਿਆ ਸੀ। ਪਰ ਹੁਣ ਫਿਰ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਪ੍ਰਦਰਸ਼ਨ ਚੱਲ ਰਿਹਾ। ਬੇਸ਼ੱਕ ਸਾਰੀਆਂ ਜਥੇਬੰਦੀਆਂ ਨਹੀਂ ਹੈਗੀਆਂ, ਕੁਝ ਜਥੇਬੰਦੀਆਂ ਨੇ ਔਰ ਜਥੇਬੰਦੀਆਂ 'ਚ ਆਪਸ 'ਚ ਬਖਰਾਬ ਵੀ ਖਾਸਾ, ਟਕਰਾਵ ਵੀ ਖਾਸਾ। ਪਰ ਜਿਹੜੀਆਂ ਜਥੇਬੰਦੀਆਂ ਧਰਨੇ 'ਤੇ ਬੈਠੀਆਂ ਨੇ ਉਹਨਾਂ ਦੀਆਂ ਮੰਗਾਂ ਵੀ ਲਗਭਗ ਉਹੀ ਨੇ, ਅਤੇ ਜਿਹੜੀਆਂ ਧਰਨੇ 'ਚ ਨਹੀਂ ਬੈਠੀਆਂ ਮੰਗਾਂ ਉਹਨਾਂ ਦੀਆਂ ਵੀ ਉਹੀ ਨੇ। ਸੋ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਪਿੰਡਾਂ 'ਚ ਬੈਨਰ ਲੱਗਣ ਲੱਗ ਪਏ, ਪਿੰਡਾਂ ਦੇ ਬਾਹਰ ਫਿਰਨੀਆਂ 'ਤੇ ਪੋਸਟਰ ਲੱਗਣ ਲੱਗ ਪਏ, ਪਿੰਡਾਂ ਦੇ ਬਾਹਰ ਫਿਰਨੀਆਂ 'ਤੇ ਫਲੈਕਸ ਟੰਗੇ ਜਾਣ ਲੱਗ ਪਏ ਕਿ ਇਸ ਪਿੰਡ 'ਚ ਰਾਜਨੀਤਿਕ ਲੀਡਰਾਂ ਦਾ ਬੜਾ ਨਾਮਣਾ ਹੈ, ਇਸ ਪਿੰਡ 'ਚ ਕੋਈ ਪਾਰਟੀ ਵੋਟ ਮੰਗਣ ਨਾ ਆਵੇ, ਇਸ ਪਿੰਡ ਦੇ ਵਿੱਚ ਭਾਜਪਾਈਆਂ ਦਾ ਆਉਣਾ ਮਨਾ, ਭਾਜਪਾਈਆਂ ਲੈ ਕੇ ਖਾਸੇ ਵੋਟ ਲੱਗਣ ਲੱਗ ਪਏ। ਵੈਸੇ ਤਾਂ ਅੱਜ ਕੱਲ੍ਹ ਕਾਂਗਰਸੀ ਉਮੀਦਵਾਰ ਜਿਹੜੇ ਰਹੇ ਉਹ ਅੱਜ ਕੱਲ੍ਹ ਭਾਜਪਾ ਹੀ ਜ਼ਿਆਦਾ ਨੇ, ਸੋ ਉਹਨਾਂ ਦੀ ਫਿਕਰਮੰਦੀ ਜ਼ਿਆਦਾ ਹੈ। ਪੰਜਾਬ 'ਚ ਪ੍ਰਨੀਤ ਕੌਰ ਦਾ ਘਰਾਓ ਖੋਲਿਆ ਹੈ, ਅਤੇ ਉਹ ਤੋਂ ਬਾਅਦ ਜਿਹੜੇ ਉਮੀਦਵਾਰ ਤਰਨਜੀਤ ਸੰਧੂ ਹੋੜੀ ਐਲਾਨੇ ਨੇ, ਮਤਲਬ ਰਾਜਦੂਤ ਰਹੇ ਨੇ ਅਮਰੀਕਾ ਸਾਡੇ, ਉਹਨਾਂ ਦਾ ਘਰਾਓ ਹੋਈ ਜਾਂਦਾ ਹੈ, ਉਹ ਔਖੇ ਨੇ। ਹੰਸਰਾਜ ਹੰਸ ਉਹਨਾਂ ਦਾ ਘਰਾਓ ਸ਼ੁਰੂ ਹੋ ਗਿਆ, ਉਹਨਾਂ ਦਾ ਪ੍ਰਦਰਸ਼ਨ ਉਹਦੇ ਖਿਲਾਫ਼ ਹੋ ਲਏ। ਸੋ ਪੰਜਾਬ ਦੇ ਵਿੱਚ ਤਾਂ ਇਹ ਵਰਤਾਰਾ ਜਾਰੀ ਹੈਗਾ ਹੀ ਹੈਗਾ। ਮਹਾਰਾਣੀ ਪ੍ਰਨੀਤ ਕੌਰ ਹੋਰੀ ਕਾਂਗਰਸ ਵੱਲੋਂ ਲਗਾਤਾਰ ਐਮ ਪੀ 3-4 ਵਾਰ ਜਿੱਤੇ, ਇੱਕ ਵਾਰ ਵਿੱਚ ਹਾਰ ਵੀ ਲਏ 2 ਵਾਰ। ਸੋ 4 ਵਾਰ ਐਮ ਪੀ ਬਣਨਾ, 1 ਵਾਰ ਕੇਂਦਰੀ ਮੰਤਰੀ ਬਣਨਾ, ਅਤੇ ਪਰ ਹੁਣ ਭਾਜਪਾ ਹੀ ਨੇ, ਅਤੇ ਭਾਜਪਾ ਹੀ ਨਾਲ ਤਾਂ ਜਦੋਂ ਵੋਟਾਂ ਮੰਗਣ ਨਿਕਲੇ ਤਾਂ ਕਿਸਾਨ ਝੰਡੇ ਲੈ ਕੇ ਮੂਹਰੇ ਆ ਗਏ। ਕਹਿੰਦੇ ਨਾਅਰੇਬਾਜ਼ੀ ਵੀ ਹੋਈ, ਪ੍ਰਨੀਤ ਕੌਰ ਕਦੇ ਹੱਸਦੇ ਨਜ਼ਰ ਆਏ, ਕਦੇ ਹੱਥ ਜੋੜਦੇ ਨਜ਼ਰ ਆਏ ਹੈ, ਅਤੇ ਕਦੇ ਟਾਲਾ ਪੱਟਦੇ ਨਜ਼ਰ ਆਏ, ਘੇਰਾਬੰਦੀ ਹੋ ਰਹੀ। ਇਸ ਤਰ੍ਹਾਂ ਅੰਮ੍ਰਿਤਸਰ ਤੋਂ ਤਰਨਜੀਤ ਸੰਧੂ ਹੋਰੀ IPS ਦੀ ਆਪਣੀ ਨੌਕਰੀ ਪੂਰੀ ਕਰਕੇ ਭਾਜਪਾ ਲੀਡਰਾਂ ਦੇ ਨੇੜੇ ਹੋਣ ਕਾਰਨ, ਪ੍ਰਧਾਨ ਮੰਤਰੀ ਦੇ, ਵਿਦੇਸ਼ ਮੰਤਰੀ ਦੇ ਨੇੜੇ ਹੋਣ ਕਾਰਨ ਕਹਿੰਦੇ ਜੀ ਵਾਪਸ ਪਰਤੇ ਆਪਣੇ ਜੱਦੀ ਖੇਤਰ ਅੰਮ੍ਰਿਤਸਰ ਵਿਖੇ, ਕਿਉਂਕਿ ਤੇਜਾ ਸਿੰਘ ਸਮੁੰਦਰੀ ਹੋਰਾਂ ਦੇ ਪੋਤਰੇ ਵੀ ਨੇ, ਅਤੇ ਕਹਿੰਦੇ ਮੈਂ ਅੰਮ੍ਰਿਤਸਰ ਲਈ ਬਹੁਤ ਕੁਛ ਕਰਨਾ, ਅਤੇ ਟਿਕਟ ਮਿਲ ਗਈ, ਅਤੇ ਟਿਕਟ ਮਿਲੀ। ਕਿਸਾਨ ਕਹਿੰਦੇ ਜੀ ਸਾਡੇ ਮਸਲੇ ਕਿੱਥੇ ਨੇ, ਕਰਾ ਦਿਓ ਜੇ ਤੁਹਾਡੀ ਇੰਨੀ ਨੇੜਤਾ, ਤੁਸੀਂ ਹੱਲ ਕਰਾ ਦਿਓ, ਤੁਹਾਡਾ ਧੰਨਵਾਦ ਕਰ ਦਾਂਗੇ, ਨਹੀਂ ਤਾਂ ਫਿਰ ਕਾਲੇ ਝੰਡੇ ਹੈਗੇ। ਸੋ ਤਰਨਜੀਤ ਸੰਧੂ ਹੋਰੀ ਜਦੋਂ ਅੰਮ੍ਰਿਤਸਰ ਦੇ ਸਰਹੱਦੀ ਖੇਤਰਾਂ 'ਚ ਨਿਕਲੇ ਤਾਂ ਉਹਨਾਂ ਨੂੰ ਰੋਸੇ ਦਾ ਸਾਹਮਣਾ ਕਰਨਾ ਪਿਆ, ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੇ ਨਾਲ ਅਕਾਲੀ ਆਗੂ ਰਤਨ ਸਿੰਘ ਅਜਨਾਲਾ, ਉਹਨਾਂ ਦਾ ਮੁੰਡਾ ਜਿਹੜਾ ਭਾਜਪਾ ਹੀ ਆ ਬੋਨੀ ਅਜਨਾਲਾ, ਉਹ ਵੀ ਨਾਲ ਸੀ। ਅਜਨਾਲਾ ਖੇਤਰ ਦੇ ਵਿੱਚ ਵੀ ਰੋਸ ਮੁਜ਼ਾਹਰਾ ਹੋਇਆ, ਪ੍ਰਦਰਸ਼ਨ ਹੋਇਆ ਉਹਨਾਂ ਦੇ ਖਿਲਾਫ਼, ਉਹ ਵੀ ਨਾਲ ਸੀ। ਫਰੀਦਕੋਟ ਬਾਬਾ ਫਰੀਦ ਹੋਰਾਂ ਦੀ ਧਰਤੀ 'ਤੇ ਹੰਸਰਾਜ ਹੰਸ ਕਹਿੰਦਾ ਮੈਨੂੰ ਤਾਂ ਬਾਬਾ ਫਰੀਦ ਨੇ ਸੱਦਾ ਦਿੱਤਾ, ਆਵਾਜ਼ ਮਾਰੀ ਹੈ, ਮੈਂ ਤਾਂ ਪੁਲ ਬਣ ਕੇ ਕੰਮ ਕਰਨਾ ਪੰਜਾਬ ਅਤੇ ਦਿੱਲੀ ਦੇ ਵਿਚਾਲੇ। ਉਹ ਕਹਿੰਦੇ ਅੱਛਾ, ਜਦੋਂ ਦਿੱਲੀ ਐਮ ਪੀ ਬਣੇ ਸੀ ਜਦੇ ਕਰ ਲੈਣਾ ਸੀ ਪੁਲ ਬਣ ਕੇ, ਜਦ ਕਿਹੜਾ ਰੋਕਿਆ ਸੀ ਕਿਸੇ ਨੇ, ਜਦ ਕਿੰਨਾ ਖਰਾ ਨਾਰਾ ਮਾਰਿਆ ਕਿਸਾਨਾਂ ਦੇ ਲਈ, ਕਿੱਥੇ ਖੜ੍ਹੇ? ਅਤੇ ਹੁਣ ਕਿਸਾਨ ਕਹਿੰਦੇ ਨਹੀਂ ਛੱਡਦੇ। ਜਿੱਦਣ ਪਿਛਲੇ ਲੰਘੇ ਦਿਨੀ ਟਿਕਟ ਮਿਲੀ, ਟਿਕਟ ਮਿਲਣ ਤੋਂ ਬਾਅਦ ਬਾਬਾ ਫਰੀਦ ਹੋਰਾਂ ਦੇ ਟਿੱਲੇ 'ਤੇ ਗਏ ਸਜਦਾ ਕਰਨ, ਮੱਥਾ ਟੇਕਣ, ਉਦਣੇ ਘੇਰਾਬੰਦੀ ਸ਼ੁਰੂ ਹੋ ਗਈ, ਪ੍ਰਦਰਸ਼ਨ ਸ਼ੁਰੂ ਹੋ ਗਿਆ। ਸੋ ਕਾਫੀ ਪੰਜਾਬ 'ਚ ਭਾਜਪਾ ਲੀਡਰਾਂ ਲਈ ਮੁਸ਼ਕਲ ਬਣਦੀ ਜਾ ਰਹੀ ਹੈ।
ਜਿੱਥੇ ਜਿੱਥੇ ਜਾਂਦੇ ਨੇ ਉੱਥੇ ਉੱਥੇ ਰੋਸ ਮੁਜ਼ਾਹਰੇ ਹੁੰਦੇ ਨੇ, ਕਾਲੇ ਝੰਡੇ ਦਿਖਾਏ ਜਾਂਦੇ ਨੇ, ਨਾਅਰੇਬਾਜ਼ੀ ਹੁੰਦੀ ਆ, ਸਵਾਲ ਜਵਾਬ ਹੁੰਦੇ ਨੇ। ਪਰ ਹਰਿਆਣਾ ਤਾਂ ਇਹ ਤੋਂ ਵੀ ਗਾਂਹ ਚੱਲ ਰਿਹਾ। ਹਰਿਆਣੇ ਤਾਂ 5-6 ਲੀਡਰਾਂ ਨਾਲ ਹੀ ਹੋ ਲਿਆ, ਇਹੀ ਨਹੀਂ ਹੋਇਆ ਉੱਥੇ ਕਿਸੇ ਨੂੰ ਅੱਧਾ ਪਚੱਧਾ ਭਾਸ਼ਣ ਦੇ ਕੇ ਭੱਜਣਾ ਪਿਆ, ਕਿਸੇ ਨੂੰ ਪੂਰਾ ਪ੍ਰੋਗਰਾਮ ਵਿੱਚ ਛੱਡ ਕੇ ਭੱਜਣਾ ਪਿਆ, ਕਈਆਂ ਨੂੰ ਪਿੰਡਾਂ 'ਚੋਂ ਭਜਾਇਆ, ਕਈਆਂ ਨੂੰ ਪ੍ਰੋਗਰਾਮ ਰੱਦ ਕਰਨੇ ਪਏ। ਜੀ ਹਾਂ, ਭਾਜਪਾਈ ਉਮੀਦਵਾਰਾਂ ਨੂੰ ਉੱਥੇ ਵੀ ਕਿਸਾਨੀ ਰੋਸੇ ਦਾ, ਆਵਾਮ ਦੇ ਰੋਸੇ ਦਾ ਸਾਹਮਣਾ ਕਰਨਾ ਪੈ ਰਿਹਾ। ਸੋਨੀਪਤ ਭਾਜਪਾ ਦੇ ਉਮੀਦਵਾਰ ਨੇ ਮੋਹਨ ਲਾਲ ਬੜੋਲੀ ਕਹਿੰਦੇ ਜੀ 2-3 ਥਾਵਾਂ 'ਤੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ, ਬਿਨਾਂ ਸੰਬੋਧਨ ਤੋਂ ਵਾਪਸ ਪਰਤਣਾ ਪਿਆ। ਭਾਸ਼ਣਬਾਜ਼ੀ ਨਹੀਂ ਕਰ ਸਕੇ, ਤਕਰੀਰ ਵੀ ਨਹੀਂ ਕਰ ਸਕੇ, ਕਿਸਾਨਾਂ ਨੇ ਇੰਨਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਕਿ ਬੜੋਲੀ ਹੋਰਾਂ ਨੂੰ ਛੱਡ ਕੇ ਜਾਣਾ ਪਿਆ ਪ੍ਰੋਗਰਾਮ ਵਿੱਚ। ਹਿਸਾਰ ਤੋਂ ਰਣਜੀਤ ਚੁਟਾਲਾ, ਭਾਜਪਾ ਦੀ ਟਿਕਟ ਮਿਲ ਗਈ ਚੁਟਾਲਿਆਂ 'ਚ, ਅਤੇ ਜਦੋਂ ਟਿਕਟ ਮਿਲੀ ਤਾਂ ਕਹਿੰਦੇ ਬ੍ਰਾਹਮਣ ਭਾਈਚਾਰੇ ਬਾਰੇ ਪਹਿਲਾਂ ਕੁਛ ਕਹਿ ਬੈਠੇ, ਉਹਦੇ ਖਿਲਾਫ਼ ਰੋਸਾ ਸ਼ੁਰੂ ਹੋ ਗਿਆ, ਚਲੋ ਮਾਫ਼ੀ ਮੂਫੀ ਮੰਗੀ, ਹੈਂ ਗਲਤੀ ਕਬੂਲ ਕੀਤੀ, ਉਹ ਮਾਮਲਾ ਜੇ ਠੰਡਾ ਹੀ ਨਹੀਂ ਪਿਆ ਸੀ ਕਿ ਕਿਸਾਨ ਕਹਿੰਦੇ ਐਂ ਨਹੀਂ, ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤ ਕਹਿ ਕੇ ਅਤੇ ਤੁਸੀਂ ਸਾਨੂੰ ਠੱਗੀ ਲਈ ਜਾਓਗੇ ਅਤੇ ਭਾਜਪਾ ਦੀ ਝੋਲੀ ਪਈ ਜਾਓਗੇ। ਘਿਰਾਓ ਸ਼ੁਰੂ ਹੋ ਗਿਆ, ਅਤੇ ਘਿਰਾਓ ਵੀ ਅਜਿਹਾ, ਕਹਿੰਦੇ ਇੱਕ ਦੋ ਥਾਵਾਂ 'ਤੇ ਤਾਂ ਅੱਧਾ ਅਧੂਰਾ ਭਾਸ਼ਣ ਦੇ ਪਾਏ, ਇੱਕ ਦੋ ਥਾਵਾਂ 'ਤੇ ਤਾਂ ਐਂ ਤਕਰਾਰ ਹੋ ਗਈ, ਵਰਕਰਾਂ 'ਚ ਵੀ ਬਹਿਸ ਹੋ ਗਈ, ਜਥੇਬੰਦੀਆਂ ਨਾਲ ਟਕਰਾਅ ਹੋ ਗਿਆ, ਖਸਾ ਕੁਛ ਚੱਲੀ ਜਾਂਦਾ। ਹਿਸਾਰ ਖੇਤਰ ਦੇ ਵਿੱਚ ਪਗੜੀ ਸੰਭਾਲ ਜੱਟਾ ਕਿਸਾਨ ਜਥੇਬੰਦੀ ਵੱਲੋਂ ਕਹਿੰਦੇ ਜੀ ਉਸ ਜਥੇਬੰਦੀ ਨੇ ਚੰਗਾ ਘਿਰਾਓ ਕੀਤਾ ਅਤੇ ਅੱਧ ਵਿਚਾਲੇ ਪ੍ਰੋਗਰਾਮ ਛੱਡ ਕੇ ਖਿਸਕਣਾ ਪੈ ਗਿਆ। ਸਿਰਸਾ ਅਸ਼ੋਕ ਤਵਰ ਕਾਂਗਰਸ ਤੋਂ ਆਪ 'ਚ, ਆਪ ਤੋਂ ਭਾਜਪਾ 'ਚ ਅਤੇ ਭਾਜਪਾ ਤੋਂ ਸਿਰਸੇ 'ਚ ਟਿਕਟ ਅਤੇ ਪੰਜਾਬ ਦੇ ਨਾਲ ਲੱਗਦਾ ਖੇਤਰ ਡੱਬਵਾਲੀ ਗਏ ਸਮਾਗਮ ਕਰਨ ਦੀ ਤਿਆਰੀ 'ਚ ਸੀ। ਕਹਿੰਦੇ ਜੀ ਚੰਡੂਨੀ ਗਰੁੱਪ ਨੇ ਪ੍ਰਦਰਸ਼ਨ ਕਰਤਾ, ਇੱਕ ਥਾਂ ਦਾ ਪ੍ਰੋਗਰਾਮ ਹੀ ਰੱਦ ਕਰਨਾ ਪੈ ਗਿਆ, ਕਈ ਥਾਵਾਂ 'ਤੇ ਰੋਸੇ ਸਾਹਮਣਾ ਕਰਨਾ ਪੈ ਗਿਆ। ਇਸੇ ਤਰ੍ਹਾਂ ਰੋਹਤਕ ਤੋਂ ਭਾਜਪਾ ਉਮੀਦਵਾਰ ਨੇ ਅਰਵਿੰਦਰ ਸ਼ਰਮਾ ਕਹਿੰਦੇ ਜੀ ਪਿੰਡਾਂ ਦੇ ਲੋਕਾਂ ਨੇ ਭਜਾਤਾ, ਕਿ ਕੀਤਾ ਕੀ ਹੈ ਸਾਡੇ ਪਿੰਡਾਂ ਲਈ, ਸਾਡੀ ਸੁਣ, ਹੁਣ ਤੁਹਾਨੂੰ ਨਹੀਂ ਸੁਣਨਾ, ਕਹਿੰਦੇ ਭਜਾਤਾ। ਸੋ ਇਸ ਲਈ ਪੰਜਾਬ ਤੋਂ ਲੈ ਕੇ ਹਰਿਆਣੇ ਤੱਕ ਕਿਸਾਨੀ ਮਸਲਿਆਂ ਨੂੰ ਲੈ ਕੇ, ਭਾਜਪਾ ਦੀ ਭੂਮਿਕਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਨੇ। ਜਦੋਂ ਕਿ ਸ਼ੰਭੂ ਔਰ ਖਨੌਰੀ ਬਾਰਡਰ 'ਤੇ ਕਿਸਾਨ ਅੰਦੋਲਨ ਵੀ ਚੱਲ ਰਿਹਾ, ਇਹਨਾਂ ਦੇ ਕਿਸਾਨ ਵੱਖ ਵੱਖ ਸੂਬਿਆਂ ਜਿੱਥੇ ਗਏ ਤਾਮਿਲਨਾਡੂ 'ਚ ਗ੍ਰਿਫਤਾਰ ਵੀ ਕਰ ਲਏ ਸੀ, ਉਸ ਨੂੰ ਲੈ ਕੇ ਵੀ ਮਾਮਲਾ ਭਖਿਆ, ਪੁਤਲੇ ਫੂਕ ਪ੍ਰਦਰਸ਼ਨ ਵੀ ਚੱਲ ਰਹੇ ਆ। ਪਰ ਪੰਜਾਬ ਦੇ ਪਿੰਡਾਂ 'ਚ ਬੋਰਡ ਬੈਨਰ ਕਾਲੇ ਝੰਡੇ ਅਤੇ ਇਹਨਾਂ ਦੀ ਆਮਦ 'ਤੇ ਰੋਕ ਲੱਗਣ ਨਾਲ ਇੱਕ ਵਾਰ ਮਾਹੌਲ ਭੱਗ ਗਿਆ। ਅਜੇ ਚੋਣ ਮਾਹੌਲ ਨਹੀਂ ਭਖਿਆ, ਪਰ ਕਿਸਾਨ ਪੂਰੇ ਭਖੇ ਹੋਏ ਨੇ। ਉਹ ਕਹਿੰਦੇ ਜੀ ਪੁੱਛਾਂਗੇ ਸਵਾਲ ਕਿ ਸਾਡੇ ਮਸਲਿਆਂ ਦਾ ਹੱਲ ਕਿੱਥੇ ਆ। ਚਲੋ ਇੱਧਰ ਕਹਿੰਦੇ ਅਕਾਲੀ ਦਲ ਦੇ ਲਈ ਵੀ ਸਾਰਾ ਕੁਝ ਠੀਕ ਨਹੀਂ ਹੈ ਜੀ। ਅਕਾਲੀ ਦਲ ਕਹਿੰਦੇ ਜੀ ਖਿੱਸੇ 'ਚੋਂ ਜਿਹਦਾ ਨਾਂ ਕੱਢ ਦਿੰਦੇ ਸੀ, ਜੇਬ 'ਚੋਂ ਜਿਹਦਾ ਨਾਂ ਨਿਕਲ ਆਉਂਦਾ ਸੀ, ਘੜੇ 'ਚੋਂ ਜਿਹਦੀ ਪਰਚੀ ਨਿਕਲ ਆਉਂਦੀ ਸੀ, ਕਹਿੰਦੇ ਕਿ ਉਵੇਂ ਉਮੀਦਵਾਰ ਬਣ ਜਾਂਦੇ ਸੀ। ਚਲੋ ਜੀ ਬਾਦਲ ਸਾਹਿਬ ਨੇ ਕਹਿਤਾ, ਹੁਣ ਛੋਟੇ ਬਾਦਲ ਸਾਹਿਬ। ਪਰ ਕਹਿੰਦੇ ਐਕਤੀ ਗੱਲ ਨਹੀਂ ਬਣ ਰਹੀ, ਐਕਤੀ ਖਿੱਚੋਤਾਣ ਚੱਲਣ ਲੱਗ ਪਈ, ਚਾਹੇ ਉਹ ਸੰਗਰੂਰ ਹਲਕਾ ਹੋਵੇ, ਚਾਹੇ ਸ਼੍ਰੀ ਅਨੰਦਪੁਰ ਸਾਹਿਬ ਹਲਕਾ ਹੋਵੇ, ਚਾਹੇ ਬਠਿੰਡਾ ਹਲਕਾ ਹੋਵੇ, ਖਾਸੀ ਤਾਂ ਖਿੱਚੋਤਾਣਾ, ਕਹਿੰਦੇ ਅਕਾਲੀ ਦਲ ਹੀ ਮੁਸ਼ਕਲ ਹੋਈ ਪਈ ਹੈ। ਵੈਸੇ ਤਾਂ ਕਹਿੰਦੇ ਕਿ ਅਕਾਲੀ ਦਲ ਦੇ ਕੁਝ ਲੀਡਰ ਅਜੇ ਵੀ ਚਾਹੁੰਦੇ ਨੇ ਕਿ ਗੱਠਜੋੜ ਹੋ ਜਾਵੇ ਯਾਰ, ਸਾਡੇ ਲਈ ਠੀਕ ਆ। ਜਿਨ੍ਹਾਂ ਨੂੰ ਲੱਗਦਾ ਕਿ ਸਾਨੂੰ ਟਿਕਟ ਤਾਂ ਪੱਕੀ ਓ ਮਿਲਣੀ ਆ, ਚਾਹੇ ਉਹ ਭਾਜਪਾ ਵਾਲੇ ਪਾਸੇ ਨੇ, ਚਾਹੇ ਉਹ ਅਕਾਲੀ ਦਲ ਵਾਲੇ ਪਾਸੇ ਨੇ, ਜਿਨ੍ਹਾਂ ਨੂੰ ਤਾਂ ਇਹ ਪੱਕਾ ਕਿ ਇਹ ਹਲਕਾ ਮੇਰਾ ਹੀ ਆ, ਅਤੇ ਉਹ ਤਾਂ ਚਾਹੁੰਦੇ ਨੇ ਗੱਠਜੋੜ ਹੋ ਜਾਵੇ। ਜਿਹੜੇ ਹਲਕਿਆਂ 'ਚ ਗੱਠਜੋੜ ਦੇ ਤਹਿਤ ਪਹਿਲਾਂ ਚੋਣ ਹੁੰਦੀ ਰਹੀ ਆ, ਮਤਲਬ ਉੱਥੋਂ ਅਕਾਲੀ ਲੜਦੇ ਰਹੇ, ਭਾਜਪਾ ਵਾਲੇ ਸਿਰਫ ਬੈਨਰ ਪੋਸਟਰ ਬੈਠਣ ਕੇ ਬੂਥ 'ਤੇ ਬੈਠਣ ਜੋਗੇ ਨੇ, ਉੱਥੇ ਭਾਜਪਾ ਹੀ ਚਾਹੁੰਦਾ ਕਿ ਨਾ ਗੱਠਜੋੜ ਨਾ ਹੋਵੇ, ਮੈਂ ਵੀ ਲੜੂੰਗਾ। ਇਸੇ ਤਰ੍ਹਾਂ ਅਕਾਲੀ ਜਿਹੜੀਆਂ ਸੀਟਾਂ 'ਤੇ ਅਕਾਲੀ ਨਹੀਂ ਲੜ ਸਕਦੇ ਸੀ ਭਾਜਪਾ ਵਾਲੀਆਂ ਤਿੰਨਾਂ 'ਤੇ, ਉੱਥੇ ਦੇ ਅਕਾਲੀ ਚਾਹੁੰਦੇ ਨੇ ਗੱਠਜੋੜ ਨਾ ਹੋਵੇ। ਪਰ ਜਿਹੜੇ
ਪੱਕਾ ਪਤਾ ਕਿ ਹਾਂ ਮੈਨੂੰ ਟਿਕਟ ਮਿਲਣੀ ਆ, ਹੈ ਨਾ। ਉਹ ਕਹਿੰਦਾ ਨਹੀਂ ਜੀ, ਗੜਚੜ ਹੋ ਜਾਵੇ ਅਜੇ ਵੀ, ਠੀਕ ਹੈ। ਚੰਦੂਮਾਜਰਾ ਹੋਰੀ ਕਹਿੰਦੇ ਜੇ ਭਾਜਪਾ ਪੰਥਕ ਮਸਲਿਆਂ 'ਤੇ ਆ ਜਾਵੇ, ਪੰਜਾਬ ਦੇ ਮਸਲਿਆਂ ਦੇ ਹੱਲ 'ਤੇ ਆ ਜਾਵੇ, ਕਿਸਾਨੀ ਮਸਲੇ ਦਾ ਹੱਲ ਕੱਢ ਦੇਵੇ, ਹੈ ਤਾਂ ਕਹਿੰਦੇ ਲਾ ਗੜਚੁੜ ਦਾ ਕੀ ਮਸਲਾ ਹੋਇਆ ਪਿਆ, ਫਿਰ ਤਾਂ ਫਿਰ ਹੋਜੂਗਾ, ਕਹਿੰਦੇ ਸੀਟਾਂ ਵੰਡਣਾ ਨਹੀਂ ਮਸਲਾ, ਕਹਿੰਦੇ ਤੁਸੀਂ ਚੰਦੂਮਾਜਰਾ ਚਾਹੁੰਦੇ ਨੇ, ਪਰ ਸੀਟ 'ਤੇ ਉਹਨਾਂ ਦਾ ਵੀ ਪੰਗਾ ਪਿਆ ਹੋਇਆ। ਕਹਿੰਦੇ ਦਲਜੀਤ ਸਿੰਘ ਚੀਮਾ ਨੇ ਪੂਰੇ ਜੋਸ਼ ਤੋਰ ਨਾਲ ਦਾਅਵਾ ਠੋਕਿਆ ਇਸ ਵਾਰ ਕਿ ਮੇਰਾ ਦਾਅਵਾ ਬਣਦਾ ਜੀ, ਮੈਂ ਇੱਥੋਂ ਪਹਿਲਾਂ ਵੀ ਚੋਣ ਲੜ ਚੁੱਕਿਆ ਹਾਂ, ਇਸ ਹਲਕੇ 'ਚ ਮੇਰਾ ਵਿਧਾਨ ਸਭਾ ਹਲਕਾ ਵੀ ਆਉਂਦਾ, ਇੱਕ ਵਾਰ ਐੱਮ ਐੱਲ ਏ ਬਣ ਵੀ ਆ, ਇੱਕ ਵਾਰ ਹਾਰ ਲਿਆ, ਸੋ ਇਸ ਲਈ ਕਹਿੰਦੇ ਜੀ ਐੱਮ ਪੀ ਚੋਣ ਵੀ ਮੈਂ ਇੱਥੋਂ ਲੜੀ ਹੈ, ਮੇਰਾ ਬਣਦਾ। ਚੰਦੂਮਾਜਰਾ ਕਹਿੰਦੇ ਨਹੀਂ ਜੀ, ਮੈਂ ਇੱਥੋਂ ਜਿੱਤਿਆ, ਉਹ ਕਹਿੰਦੇ ਕੋਈ ਨਾ, ਫਿਰ ਹਾਰੇ ਵੀ ਗਏ, ਮੈਂ ਅੰਬਿਕਾ ਸੋਨੀ ਨੂੰ ਹਰਾਇਆ ਵਾ, ਇਸ ਲਈ ਦਾਅਵਾ ਮੇਰਾ ਬਣਦਾ। ਅਤੇ ਵੈਸੇ ਵੀ ਭਾਜਪਾ ਨਾਲ ਵੀ ਕਹਿੰਦੇ ਰਿਸ਼ਤਾ ਸੁਖਾਮ ਹੈ, ਇਸ ਲਈ ਕਹਿੰਦੇ ਚੰਦੂਮਾਜਰਾ ਚਾਹੁੰਦੇ ਵੀ ਨਹੀਂ ਕਿ ਗੜਚੋੜ ਹੋ ਜਾਵੇ। ਇੱਧਰ ਬਠਿੰਡੇ 'ਚ ਕਹਿੰਦੇ ਸੀਟ ਪੱਕਾ ਹੀ ਹੈ ਜੀ ਕਿ ਹਰਸਿਮਰਤ ਕੌਰ ਨੇ ਹੀ ਲੜਨਾ, ਕਿਉਂਕਿ ਉਹਨਾਂ ਨੇ ਕਹਿੰਦੇ ਖਾਸਾ ਹਲਕਾ ਗਾਹ ਵੀ ਲਿਆ, ਪਰ ਕਹਿੰਦੇ ਜੀ ਮਲੁੱਕੇ ਹੋਰੀ ਨੂੰਹ ਵਾਲਾ ਮਸਲਾ ਪਿਆ ਹੋਇਆ। ਅਤੇ ਇੱਧਰ ਸੰਗਰੂਰ ਦੇ ਵਿੱਚ ਕਹਿੰਦੇ ਪਰਮਿੰਦਰ ਢੀਂਡਸਾ, ਉਹਨਾਂ ਢੀਂਡਸਾ ਪਰਿਵਾਰ ਨਾਲ ਵਾਅਦਾ ਕਰਕੇ ਲਿਆਉਂਦਾ ਕਿ ਭਾਈ ਪਰਮਿੰਦਰ ਢੀਂਡਸਾ ਨੂੰ ਟਿਕਟ ਪੱਕੀ ਆ ਸੰਗਰੂਰ ਤੋਂ, ਉੱਧਰ ਕਹਿੰਦੇ ਜੀ ਝੂੰਦਾ ਉਹਨਾਂ ਨੇ ਇਕਬਾਲ ਸਿੰਘ ਝੂੰਦਾ ਨੇ, ਫਸਾ ਲਈ ਗੱਲ। ਕਹਿੰਦਾ ਐਂ ਨਹੀਂ ਬਾਈ, ਘੁੰਡੀ ਫਸ ਗਈ ਤਾਂ, ਇਕਬਾਲ ਸਿੰਘ ਝੂੰਦਾ ਕਹਿੰਦਾ ਜਦੋਂ ਢੀਂਡਸੇ ਭੱਜ ਗਏ ਸੀ ਜਦ ਹਲਕਾ ਇੰਚਾਰਜ ਮੈਂ, ਕੰਮ ਮੈਂ ਕੀਤਾ, ਪਾਰਟੀ ਨਾਲ ਮੈਂ ਖੜਿਆ, ਹੁਣ ਟਿਕਟ ਲੈਣ ਨੂੰ ਕਹਿੰਦੇ ਪਰਮਿੰਦਰ ਢੀਂਡਸਾ। ਵੈਸੇ ਪਾਰਟੀ ਦੇ ਸਟੇਜ ਦੇ ਉੱਤੇ ਪਰਮਿੰਦਰ ਢੀਂਡਸਾ ਵੀ ਅਤੇ ਇਕਬਾਲ ਝੂੰਦਾ ਵੀ ਦੋਵੇਂ ਕਹੀ ਜਾਂਦੇ ਆ ਕਿ ਪਾਰਟੀ ਜਿਹਨੂੰ ਟਿਕਟ ਦਊਗੀ ਉਹਦਾ ਸਾਥ ਦੇਵਾਂਗੇ, ਪਰ ਦੋਵਾਂ ਦਾ ਦਾਅਵਾ ਪੱਕਾ ਕਹਿੰਦੇ। ਹੁਣ ਇਸ ਚੀਜ਼ਾਂ ਨੇ, ਚਾਹੇ ਅਨੰਦਪੁਰ ਸਾਹਿਬ ਹਲਕਾ ਹੋਵੇ, ਚਾਹੇ ਸੰਗਰੂਰ ਹਲਕਾ ਹੋਵੇ, ਚਾਹੇ ਬਠਿੰਡਾ ਹਲਕਾ ਹੋਵੇ, ਇਹਨਾਂ ਨੇ ਕਹਿੰਦੇ ਫਿਕਰ ਪਾਇਆ ਹੋਇਆ। ਇੱਕ ਪਾਸੇ ਤਾਂ ਜੇ ਗੜਜੋੜ ਹੁੰਦਾ ਤਾਂ ਉਹਨਾਂ ਭਾਜਪਾਈਆਂ ਨੂੰ ਫਿਕਰ ਹੈ ਜਿੱਥੇ ਟਿਕਟਾਂ ਐਲਾਨ ਹੋ ਗਈਆਂ, 6 ਤਾਂ ਐਲਾਨ ਤੀਆਂ ਨਾ ਭਾਜਪਾ ਨੇ, ਪਟਿਆਲਾ ਦੇਤੀ, ਲੁਧਿਆਣਾ ਦੇਤੀ, ਜਲੰਧਰ ਦੇਤੀ, ਫਰੀਦਕੋਟ ਦੇਤੀ, ਗੁਰਦਾਸਪੁਰ ਦੇਤੀ, ਅੰਮ੍ਰਿਤਸਰ ਦੇਤੀ, ਸੋ 6 ਟਿਕਟਾਂ ਤੋਂ ਐਲਾਨ ਹੀ ਬੈਠੇ ਨੇ, ਫਿਰ ਇਹਨਾਂ 'ਚੋਂ ਕਿੰਨੇ ਦੀ ਛੁੱਟੀ ਹੋ ਗਈ। ਅਤੇ ਇੱਧਰ ਅਕਾਲੀ ਦਲ ਦੇ ਅੰਦਰ ਇਹ ਪਹਿਲੀ ਵਾਰ ਹੋ ਰਿਹਾ ਕਿ ਇੱਦਾਂ ਦਾ, ਕਿਉਂਕਿ ਕਾਰਨ ਕੀ ਹੈ, ਅਕਾਲੀ ਦਲ ਨੂੰ ਵੀ ਡਰ ਹੈ ਜਿਹੜੇ ਦਲ ਬਦਲੂ ਵਾਲਾ ਮਸਲਾ ਚੱਲ ਰਿਹਾ, ਮਿਸ਼ਨ ਲੋਟਸ, ਕਿਉਂਕਿ ਕਾਂਗਰਸ ਖਾਸੀ ਸ਼ਿਕਾਰ ਹੈ ਪੰਜਾਬ 'ਚ ਇਹਦੀ, ਅਤੇ ਹੁਣ ਉਹਨੇ ਆਪ ਨੂੰ ਵੀ ਝਟਕੇ ਲਾ ਕੇ ਹਟਿਆ, ਅਤੇ ਕਹਿੰਦੇ ਅਕਾਲੀ ਦਲ ਵੀ ਡਰਦਾ ਕਿ ਕਿਤੇ ਉਹ ਕੰਮ ਨਾ ਹੋ ਜਾਵੇ, ਸਾਡੇ ਵੀ ਕਈ ਲੀਡਰ ਸੰਪਰਕ 'ਚ ਹੈਗੇ ਆ, ਚੰਗੀ ਨੇੜਤਾ, ਰੱਖੜਿਆਂ ਦੀ ਧੀਏ ਦੇ ਰੌਲਾ ਪੈ ਜਾਂਦਾ, ਚੰਦੂਮਾਜਰੇ ਦਾ ਹਰ ਰੋਜ਼ ਪੈ ਜਾਂਦਾ, ਹੈ ਨਾ, ਅਮਲੂਕਿਓਰਾ ਦਾ ਪਈ ਜਾਂਦਾ, ਸੋ ਇਸ ਲਈ ਕਿੰਨੇ ਲੀਡਰ ਨੇ। ਸੋ ਇਹ ਸਾਰੇ ਵਰਸਾਰੇ 'ਚ ਅਕਾਲੀ ਦਲ ਦੇ ਵੀ ਅੰਦਰ ਕਹਿੰਦੇ ਟਿਕਟਾਂ ਨੂੰ ਲੈ ਕੇ ਕਾਫੀ ਜਦੋ ਜ਼ਿਆਦ ਹੈ। ਚਲੋ ਜਦੋ ਜ਼ਿਆਦ ਤਾਂ ਕਾਂਗਰਸ 'ਚ ਵੀ ਕਾਫੀ ਹੈ, ਕਾਂਗਰਸ ਅਜੇ ਟਿਕਟਾਂ ਐਲਾਨਣ ਦੀ ਸਥਿਤੀ 'ਚ ਨਹੀਂ ਆਈ, ਕਿਉਂਕਿ ਦਾਅਵੇਦਾਰ ਇੱਕ ਇੱਕ ਸੀਟ ਤੋਂ ਦੋ ਦੋ ਤਿੰਨ ਨੇ, ਅਤੇ ਕਾਂਗਰਸ ਨੂੰ ਵੀ ਇਹੀ ਡਰ ਲੱਗਦਾ ਕਿ ਇੱਕ ਨੂੰ ਟਿਕਟ ਮਿਲੂਗੀ, ਜਿਹੜੇ ਦੋ ਨੂੰ ਨਾ ਮਿਲੀ ਉਹ ਪਤਾ ਨਹੀਂ ਆਪ ਕਿੰਨੀ ਨਾ ਚਲੇ ਜਾਣਾ, ਪਤਾ ਨਹੀਂ ਭਾਜਪਾ ਕਿੰਨੀ ਚਲੇ ਜਾਣ। ਹੁਣ ਸੰਗਰੂਰ ਹਲਕੇ ਤੋਂ 3 ਦਾਅਵੇਦਾਰ ਨੇ ਕਹਿੰਦੇ ਕਾਂਗਰਸ ਕੋਲ ਵਿਜੇਂਦਰ ਸਿੰਗਲਾ ਵੀ ਹੈ, ਸੁਖਪਾਲ ਖਹਿਰਾ ਵੀ ਹੈ, ਬੀਬੀ ਸਿਮਰਜੀਤ ਖੰਗੂੜਾ ਵੀ ਹੈ, ਅਨੰਦਪੁਰ ਸਾਹਿਬ ਹਲਕੇ ਤੋਂ ਮਨੀਸ਼ ਤਿਵਾੜੀ ਵੀ ਦਾਅਵੇਦਾਰ ਹੈ, ਬਲਬੀਰ ਸਿੱਧੂ ਵੀ ਦਾਅਵੇਦਾਰ ਹੈ, ਰਾਣਾ ਗੁਰਜੀਤ ਵੀ ਹੈ, ਵੈਸੇ ਰਾਣਾ ਕੇ ਪੀ ਦਾ ਨਾਂ ਵੀ ਚੱਲਦਾ, ਰਾਣਾ ਗੁਰਜੀਤ ਦਾ ਨਾਂ ਤਾਂ ਖੰਡੂਰ ਸਾਹਿਬ ਹਲਕੇ ਤੋਂ ਵੀ ਚੱਲੀ ਜਾਂਦਾ, ਅਤੇ ਮੌਜੂਦਾ ਐੱਮ ਪੀ ਜਸਵੀਰ ਸਿੰਘ ਡਿੰਪਾ ਵੀ ਉੱਥੋਂ ਦਾਅਵੇਦਾਰ ਨੇ, ਅਤੇ ਹਰਵਿੰਦਰ ਗਿੱਲ ਹੋਰ ਵੀ ਦਾਅਵੇਦਾਰ ਨੇ। ਮਨੀਸ਼ ਤਿਵਾੜੀ ਦਾ ਨਾਂ ਤਾਂ ਲੁਧਿਆਣੇ ਤੋਂ ਵੀ ਚੱਲੀ ਜਾਂਦਾ, ਅਤੇ ਚੰਡੀਗੜ੍ਹ ਤੋਂ ਵੀ ਚੱਲੀ ਜਾਂਦਾ, ਵੈਸੇ ਲੁਧਿਆਣੇ ਤੋਂ ਨਾ ਪਾਸ ਪੁਛਨਾਸ਼ੂ ਦਾ ਵੀ ਚੱਲੀ ਜਾਂਦਾ, ਕਾਂਗਰਸ ਵੱਲੋਂ ਵੀ ਦਾਅਵੇਦਾਰ ਨੇ ਕਹਿੰਦੇ, ਅੰਮ੍ਰਿਤਸਰ ਤੋਂ ਔਜਲਾ ਵੀ ਦਾਅਵੇਦਾਰ ਨੇ, ਓ ਪੀ ਸੋਨੀ ਵੀ ਦਾਅਵੇਦਾਰ ਨੇ, ਹੈ ਨਾ। ਇਸੇ ਤਰ੍ਹਾਂ ਗੁਰਦਾਸਪੁਰ ਤੋਂ ਕਹਿੰਦੇ ਪਾੜਾ ਵੀ ਦਾਅਵੇਦਾਰ ਨੇ, ਅਤੇ ਬੀਬੀ ਚਰਨਜੀਤ ਕੌਰ ਬਾਜਵਾ ਵੀ ਦਾਅਵੇਦਾਰ ਨੇ। ਜਲੰਧਰ ਤੋਂ ਕਹਿੰਦੇ ਤੈਅ ਮੰਨਿਆ ਜਾ ਰਿਹਾ ਚਰਨਜੀਤ ਚੰਨੀ, ਪਰ ਦਾਅਵਾ ਕਹਿੰਦੇ ਕਰਮਜੀਤ ਚੌਧਰੀ ਨੇ ਵੀ, ਸੰਤੋਖ ਚੌਧਰੀ ਹੋਰਾਂ ਦੀ ਧਰਮਪਤਨੀ ਵੀ ਠੋਕਤਾ। ਹੈਂ ਬਠਿੰਡੇ 'ਚ ਕਹਿੰਦੇ ਅਮ੍ਰਿਤਾ ਬੜਿੰਗ ਲਗਭਗ ਤੈਅ ਮੰਨੀ ਜਾ ਰਹੀ ਆ, ਪਰ ਇੰਦਰਜੀਤ ਮੋਫਰ ਹੋਰੀ ਵੀ ਦਾਅਵੇਦਾਰ ਨੇ, ਅਤੇ ਗੱਲ ਬਲਕੌਰ ਸਿੱਧੂ ਦੀ ਵੀ ਚੱਲੀ ਜਾਂਦੀ ਹੈ। ਹੈਂ ਅਤੇ ਇਸੇ ਤਰ੍ਹਾਂ ਫਰੀਦਕੋਟ ਹਲਕੇ ਤੋਂ ਮੁਹੰਮਦ ਸਦੀਕ ਫਿਰ ਦਾਅਵਾ ਠੋਕਤਾ, ਡੈਨੀ ਵੀ ਕਤਾਰ 'ਚ ਨੇ, ਅਤੇ ਟਿਕਟ ਪਤਾ ਨਹੀਂ ਕਿਹਨੂੰ ਮਿਲਣੀ। ਮਨੀਸ਼ ਤਿਵਾੜੀ ਚੰਡੀਗੜ੍ਹ ਤੋਂ ਵੀ ਦਾਅਵੇਦਾਰ ਨੇ, ਪਵਨ ਬਾਂਸਲ ਇੱਥੋਂ ਵੀ ਨਾਲ ਲੈਣ 'ਚ ਖੜ੍ਹੇ ਨੇ, ਸੋ ਕਾਂਗਰਸ ਦੇ ਅੰਦਰ ਖਾਸਾ ਕਸਮਾਣ ਆ ਜੀ, ਇਹ ਸੈੱਟ ਨਹੀਂ ਹੁੰਦਾ। ਚਲੋ ਪਰ ਆਪਾਂ ਮੁੱਖ ਮੰਤਰੀ ਸਾਹਿਬ ਆਪਣੇ ਪ੍ਰਚਾਰ 'ਤੇ ਕਹਿੰਦਾ ਚਲੋ ਵੀ ਪੰਜਾਬ ਦੀ ਛੱਡੋ, ਚੜੋ ਜਹਾਜ਼,
ਚੜੋ ਖੁੱਲੀ ਗੱਡੀ 'ਚ, ਕਰੋ ਰੋਡ ਸ਼ੋ, ਜਿਹ 'ਚ ਸਵਾਦ ਆਉਂਦਾ। ਕਹਿੰਦੇ ਭਗਵੰਤ ਮਾਨ ਉਹਨਾਂ ਨੂੰ ਕਹਿੰਦੇ ਰੋਡ ਸ਼ੋ ਕਰਕੇ ਬਹੁਤ ਸਵਾਦ ਆਉਂਦਾ, ਰੈਲੀਆਂ ਕਰਕੇ ਬਹੁਤ ਸਵਾਦ ਆਉਂਦਾ। ਸੋ ਕਹਿੰਦੇ ਤੁਰ ਪਏ ਜੀ ਉਹਦਾ ਪ੍ਰਚਾਰ 'ਤੇ। ਹਰਿਆਣੇ 'ਚ ਅੱਜ ਕਰਤਾ ਸ਼ੁਰੂ ਕੰਮ। ਵੈਸੇ ਤਾਂ ਇੰਡੀਆ ਗੱਠ ਜੁੜਦੇ ਉਮੀਦਵਾਰਾਂ ਲਈ ਵੀ ਵੋਟਾਂ ਮੰਗਣਗੇ, ਪਰ ਪਹਿਲਾਂ ਕਹਿੰਦੇ ਜਿੱਥੇ ਜਿੱਥੇ ਆਪਣੇ ਖੜ੍ਹੇ ਨੇ ਉੱਥੇ। ਹਰਿਆਣੇ 'ਚ 9 ਸੀਟਾਂ 'ਤੇ ਕਾਂਗਰਸ ਲੜ ਰਹੀ ਹੈ, 1 'ਤੇ ਆਮ ਆਦਮੀ ਪਾਰਟੀ। ਸੋ ਕੁਰੂਕਸ਼ੇਤਰ 'ਚ ਕਰਤਾ ਪ੍ਰਚਾਰ। ਫਿਰ ਕਹਿੰਦੇ ਜੀ ਦਿੱਲੀ 'ਚ 4 ਸੀਟਾਂ 'ਤੇ ਲੜ ਰਹੀ ਹੈ ਆਮ ਆਦਮੀ ਪਾਰਟੀ 7 'ਚੋਂ, ਅਤੇ 12 ਅਤੇ 13 ਅਪ੍ਰੈਲ ਨੂੰ ਦਿੱਲੀ ਪ੍ਰਚਾਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ। ਹੁਣ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਇਹੀ ਨੇ। ਫਿਰ ਕਹਿੰਦੇ ਇਸੇ ਤਰ੍ਹਾਂ ਜੀ ਗੁਜਰਾਤ ਜਾਣਗੇ 16-17 ਨੂੰ, ਉੱਥੇ ਰੋਡ ਸ਼ੋਅ ਵੀ ਕੱਢਣਗੇ, ਪ੍ਰਚਾਰ ਵੀ ਕਰਨਗੇ, ਨਾਮਜ਼ਦਗੀਆਂ ਵੀ ਭਰਾ ਕੇ ਆਉਣਗੇ ਉਹਨਾਂ ਦੀ। ਸੋ ਇਸ ਲਈ ਕਹਿੰਦੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਵਜੋਂ ਮੁੱਖ ਮੰਤਰੀ ਸਾਹਿਬ ਨੇ ਤਾਂ ਆਪਣਾ ਪ੍ਰੋਗਰਾਮ ਲੀਕਤਾ। ਸੋ ਸਾਰੀਆਂ ਪਾਰਟੀਆਂ ਦੇ ਵਿੱਚ ਅਜੇ ਖਿੱਚੋਤਾਣ ਬਰਕਰਾਰ ਆ। ਬੇਸ਼ੱਕ ਸਿਮਰਜੀਤ ਮਾਨ ਹੋਰਾਂ ਨੇ ਆਪਣੇ ਮੁੰਡੇ ਨੂੰ ਅੰਮ੍ਰਿਤਸਰ ਤੋਂ ਟਿਕਟ ਦੇਤੀ ਆ, ਹੈਂ, ਅਤੇ ਉਹ ਵੀ ਕਾਫੀ ਹੱਦ ਤੱਕ ਟਿਕਟਾਂ ਐਲਾਨ ਚੁੱਕੇ ਨੇ, ਹੈਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ, ਹੈਂ। ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਨੇ ਵੀ ਟਿਕਟ ਅੱਜ ਐਲਾਨਤੀ, ਹੈਂ। ਉਹਨਾਂ ਨੇ ਵੀ ਮਤਲਬ ਆਮ ਆਦਮੀ ਪਾਰਟੀ ਦੇ MLA ਸੀਗੇ ਜਗਦੀਪ ਕੰਬੋਜ ਜਲਾਲਾਬਾਦ ਤੋਂ, ਉਹਨਾਂ ਦੇ ਬਾਪੂ ਨੂੰ ਬਸਪਾ 'ਚ ਸ਼ਾਮਿਲ ਕੀਤਾ ਸੀ ਸੁਰਿੰਦਰ ਕੰਬੋਜ ਹੋਰਾਂ ਨੂੰ, ਅਤੇ ਅੱਜ ਫਿਰੋਜ਼ਪੁਰ ਤੋਂ ਟਿਕਟ ਦੇਤੀ ਉਹਨਾਂ ਨੂੰ। ਸੋ ਪਰ ਇਸ ਦੇ ਬਾਵਜੂਦ ਵੀ ਅਜੇ ਭਾਜਪਾ ਦੀਆਂ ਵੀ ਟਿਕਟਾਂ ਬਾਕੀ ਨੇ, ਕੁਛ 6 ਐਲਾਨੀਆਂ ਨੇ, ਹੈਂ। 4 ਟਿਕਟਾਂ ਅਜੇ ਆਮ ਆਦਮੀ ਪਾਰਟੀ ਨੇ, 9 ਐਲਾਨੀਆਂ ਨੇ, ਅਤੇ ਕਾਂਗਰਸ ਨੇ ਸਾਰੀਆਂ ਐਲਾਨੀਆਂ, ਅਕਾਲੀ ਦਲ ਨੇ ਵੀ ਸਾਰੀਆਂ ਐਲਾਨੀਆਂ। ਸੋ ਇਸ ਪਹਿਲੂ 'ਤੇ ਖਬਰਾਂ ਲੈ ਕੇ ਹਾਜ਼ਰ ਸੀ, ਤੁਸੀਂ ਵੇਖਦੇ ਰਹੋ ਲਿਬਰਲ TV, ਲੋਕਾਂ ਦੀ ਆਵਾਜ਼ ਲੋਕਾਂ ਲਈ।